ਸਟੇਸ਼ਨ ਪੰਜਾਬ ਦੇਖਦੇ ਸਾਰੇ ਸਰੋਤਰ ਮੇਰੇ ਵੱਲੋਂ ਅਮਰਜੀਤ ਸੰਧ ਵੱਲੋਂ ਸਤਿ ਸ਼੍ਰੀ ਅਕਾਲ। ਗੱਲ ਇਹ ਇਦਾਂ ਹੈ ਕਿ ਪਿਛਲੇ ਦਿਨ ਕੁਛ ਦਿਨਾਂ ਦੇ ਵਿੱਚ ਇੱਕ ਹੈਲਥ ਵਰਕਰ ਨਾਲ ਕੁੱਟਮਾਰ ਹੋਈ ਸੀ, ਜੋ ਕਿ ਸਿੱਖੀ ਸਰੂਪ ਦੇ ਵਿੱਚ ਉਹਦੇ ਨਾਲ ਕਾਫੀ ਉਹਦੇ ਪੱਗ ਵੀ ਲਾਈ ਗਈ ਅਤੇ ਦਾੜੀ ਨੂੰ ਵੀ ਹੱਥ ਪਾਇਆ ਗਿਆ। ਅੱਜ ਵਿਸ਼ੇਸ਼ ਤੌਰ 'ਤੇ SGPC ਮੈਂਬਰ ਗਰਿਆਲ ਸਾਹਿਬ ਅਤੇ ਚਰਨਜੀਤ ਸਿੰਘ ਜੀ ਅਤੇ ਜੱਲਾ ਜੀ ਪਹੁੰਚਿਆ, ਆਓ ਜਾਣਦੇ ਹਾਂ ਇਹਨਾਂ ਤੋਂ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਡੇ ਹੈ ਨਾ। ਇਸ ਦੇ ਵਿੱਚ ਇੱਕ ਸਾਧ ਵੱਲੋਂ ਇੱਕ ਹੈ ਨਾ ਸਿੱਖ ਦੇ ਨਾਲ ਬੇਅਮਦੀ 'ਚ ਦਾੜੀ ਨੂੰ ਹੱਥ ਪਾਇਆ ਗਿਆ ਅਤੇ ਪੱਗ ਲਾਏਗੀ ਅਤੇ ਧੱਕੇ ਨਾਲ ਉਹਦੇ ਮੂੰਹ 'ਚ ਸਿਗਟ ਵੀ ਪਾਉਣ ਦੀ ਕੋਸ਼ਿਸ਼ ਕੀਤੀ। ਇਹ ਕੀ ਕਾਰਨ ਹੈ ਕਿ ਇੱਕ ਸਿੱਖਾਂ ਨਾਲ ਇੱਦਾਂ ਹੋ ਰਿਹਾ ਜੀ? ਦੇਖੋ ਜੀ, ਬਹੁਤ ਮਾੜੀ ਘਟਨਾ ਜਿਹੜੀ, ਐਸੀ ਘਟਨਾ ਜਿਹੜੀ ਨਾ ਬਰਦਾਸ਼ਤ ਕਰਨ ਯੋਗ ਆ। ਸਭ ਤੋਂ ਪਹਿਲਾ ਜੁਰਮ ਤਾਂ ਇਹੀ ਹੈ ਕਿ ਇੱਕ ਸਿਹਤ ਕਰਮਚਾਰੀ ਆ, ਸਰਕਾਰ ਦੀ ਨੌਕਰੀ 'ਤੇ ਆ, ਲੋਕਾਂ ਦੀ ਜਾਨ ਬਚਾਉਣ ਵਾਸਤੇ ਉਹ ਜਾ ਰਿਹਾ ਸੀ। ਇਹ ਗੱਲ ਤਾਂ ਆਪਣੇ ਆਪ 'ਚ ਬਹੁਤ ਵੱਡੀ ਆ। ਉਸ ਤੋਂ ਵੱਡੀ ਗੱਲ ਹੈ ਕਿ ਉਹ ਇੱਕ ਗਰੀਬ ਸਿੱਖ ਆ। ਮੈਂ ਤਾਂ ਇਹ ਵੀ ਪਤਾ ਲੱਗਾ ਕਿ ਉਹਦਾ ਮਾਂ ਬਾਪ ਵੀ ਕੋਈ ਨਹੀਂ, ਉਹ ਇੱਕ ਧਾਰਮਿਕ ਸਥਾਨ ਦੇ ਕਿਨਾ ਉੱਥੇ ਰਹਿ ਕੇ ਉਹ ਗੁਜ਼ਾਰਾ ਕਰ ਰਿਹਾ ਅਤੇ ਉਹ ਆਪਣੀਆਂ ਡਿਊਟੀਆਂ ਨਿਭਾ ਰਿਹਾ ਸੀ ਅਤੇ ਉਹ ਇੱਕ ਅੰਮ੍ਰਿਤਧਾਰੀ ਦਾੜੀ ਕੇਸਧਾਰੀ ਪਗੜੀਧਾਰੀ ਸਿੱਖ ਹੈ ਅਤੇ ਜਿਹੜੇ ਹਿਸਾਬ ਨਾਲ ਉੱਥੇ ਉਹ ਜਿਹੜੇ ਲੋਕ ਆ ਉਹ ਲੋਕਾਂ ਨੂੰ ਕੀ ਨਾਂ ਦਈਏ, ਕਿਉਂਕਿ ਪਤਾ ਲੱਗਾ ਕਿ ਉਹ ਇੱਕ ਨਸ਼ੇ ਦਾ ਅੱਡਾ ਅਤੇ ਉਹ ਨਸ਼ੇੜੀ ਉੱਥੇ ਇਕੱਠੇ ਹੋਏ ਸੀ। ਉਹਨਾਂ ਨੇ ਹੱਥ ਪਾਇਆ, ਉਸ ਦੀ ਦਾੜੀ ਪੱਟੀ ਗਈ ਆ, ਉਸ ਦੀ ਦਸਤਾਰ ਲਾਈ ਗਈ ਆ। ਜਿਵੇਂ ਤੁਸੀਂ ਦੱਸੀ ਆ ਗੱਲ ਕਿ ਉਹਦੇ ਮੂੰਹ ਦੇ ਵਿੱਚ ਬੜੇ ਕਹਿੰਦੇ ਉਹਦੇ ਹੋਸ਼ੋ ਹਵਾਸ 'ਚ ਜਿੱਥੇ ਉਹ ਸਾਧ ਆ, ਜਿਹੜਾ ਉਹ ਸਾਧ ਨੇ ਉਹਦੀ ਦਾੜੀ ਦੇ ਵਿੱਚ ਉਂਗਲਾਂ ਪਾਈਆਂ ਨੇ। ਕਹਿਣ ਵਾਲੇ ਸ਼ਰਮ ਆਉਂਦੀ ਆ, ਪਰ ਅਸੀਂ ਇਹ ਸਿੱਖ ਸੰਗਤ ਅੱਗੇ ਗੱਲ ਪਹੁੰਚਾਉਣੀ ਚਾਹੁੰਦੇ ਹਾਂ ਕਿ ਉਹਨੇ ਪਹਿਲਾਂ ਤਾਂ ਉਹਦੀ ਦਾੜੀ ਪੱਟਣ ਵਾਸਤੇ ਉਹਨੇ ਉਂਗਲਾਂ ਪਾਈਆਂ, ਇਹ ਨਹੀਂ ਹੈ ਕੋਈ ਵੈਸੇ ਗੱਲ ਹੋਈ। ਫਿਰ ਉਹਨੇ ਬੀੜੀ ਜਿਹੜਾ ਸਿਗਟ ਹੈ ਉਹ ਚੁੱਕੇ ਦੇ ਮੂੰਹ ਵਿੱਚ ਪਾਈ ਆ, ਉਹ ਵਿਚਾਰਾ ਚੀਕਿਆ, ਮਤਲਬ ਉਹਦੀ ਚੀਕ ਅੱਜ ਵੀ ਸਾਡੇ ਕੰਨਾਂ ਵਿੱਚ ਗੂੰਜ ਰਹੀ ਆ। ਇਹ ਚੀਕ ਜਿਹੜੀ ਆ ਇਹ ਬੜੀ 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 ਵੱਡਾ ਜਲਵਾ ਦਿਖਾਏਗੀ। ਅਸੀਂ ਦੇਖ ਰਹੇ ਹਾਂ ਕਿ ਸਰਕਾਰ ਇੰਨੀ ਗਰਕ ਚੁੱਕੀ ਆ ਕਿ ਉਹਦਾ ਸਿਹਤ ਵਿਭਾਗ ਦਾ ਬੰਦਾ, ਉਹਦਾ ਕਰਮਚਾਰੀ, ਉਹਦਾ ਕੁੱਟਿਆ ਗਿਆ ਸ਼ਰਿਆਮ, ਅਤੇ ਉਸਨੂੰ ਪਤਾ ਲੈਣ ਵਾਸਤੇ ਉਹਦਾ ਮੰਤਰੀ ਨਹੀਂ ਤਾਂ ਆ ਸਕਦਾ ਇੱਥੇ? ਬੜੇ ਬੜੇ ਦੰਗੇ ਮਾਰਦੇ ਆ ਇੱਥੇ ਰੋਜ਼ ਰੋਜ਼ ਤੁਸੀਂ ਧਰਨੇ ਲਾਉਂਦੇ ਹੋ, ਜਿਹੜੇ ਸਿਹਤ ਬਾਰੇ ਕਿਨਾ ਕਰਮਚਾਰੀ ਧਰਨੇ ਲਾਉਂਦੇ ਆ ਉਹ ਜਾਣਦੇ ਖੇਡ ਰਹੇ ਆ, ਉਹਨਾਂ ਦੇ ਉਹ ਤਾਂ ਕਾਤਲਾਂ ਦਾ ਹਮਲਾ ਹੋ ਗਿਆ। ਤਾਂ ਬੜੀ ਸ਼ਰਮ ਵਾਲੀ ਗੱਲ ਆ, ਮੈਂ ਕਹਿ ਸਿੱਧੇ ਤੌਰ 'ਤੇ ਕਹਿੰਦਾ, ਜਿਹੜਾ ਇੱਥੇ ਦਾ ਸਿੱਧੂ ਜਿਹੜਾ ਸਾਡਾ ਮੰਤਰੀ ਆ ਉਹ ਆਪਣੇ ਆਪ ਦੇ ਵਿੱਚ ਕੀ ਸਮਝਦਾ? ਉਹਦੇ ਵਾਸਤੇ ਆਪਣੇ ਮੁਲਾਜ਼ਮ ਵਾਸਤੇ ਕੋਈ ਜਗ੍ਹਾ ਨਹੀਂ ਇਸ ਪੰਜਾਬ ਦੇ ਵਿੱਚ? ਇਹ ਪੰਜਾਬ ਜਿਹੜਾ ਗੁਰੂਆਂ ਪੀਰਾਂ ਦੀ ਧਰਤੀ ਆ, ਇੱਥੇ ਇੱਕ ਸਿੱਖ ਨਾਲ ਉਹ ਇਸ ਤਰ੍ਹਾਂ ਦੀ ਮਾੜੀ ਗੱਲ ਵਾਪਰ ਜਾਵੇ ਤਾਂ ਉਹ ਜਿਹੜੀ ਨਾ ਬਰਦਾਸ਼ਤ ਕਰਨ ਯੋਗਾ, ਇਹਦਾ ਜਵਾਬ ਲਿਆ ਜਾਵੇਗਾ। ਅਸੀਂ ਇਹ ਗੱਲ ਕਹਿੰਦੇ ਹਾਂ ਕਿ ਠੀਕ ਆ, ਪ੍ਰਸ਼ਾਸਨ ਨੇ ਉਹਦੇ ਧਾਰਾਵਾਂ ਲਾਤੀਆਂ, ਉਹ ਕਾਨੂੰਨ ਦੇ ਤੌਰ 'ਤੇ ਕੰਮ ਕਰਦਾ, ਪਰ ਪਤਾ ਲੱਗਾ ਕਿ ਉਹ ਜਿਹੜਾ ਸਾਧ ਆ ਉਹ ਇਸ ਟਾਈਮ ਪੁਲਿਸ ਦੇ ਚੁੰਗਲ 'ਚੋਂ ਬਾਹਰ ਆ। ਕੁਛ ਲੋਕਾਂ ਨੇ ਇਹ ਵੀ ਦੱਸਿਆ ਕਿ ਇਹ ਜਿਹੜਾ ਪ੍ਰਸ਼ਾਸਨ ਹੈ ਉਹਨੂੰ ਬਚਾ ਰਿਹਾ। ਬਿਲਕੁਲ ਅਸੀਂ ਗਲਤੀ ਨਾ ਕਰੇ ਪ੍ਰਸ਼ਾਸਨ ਨੂੰ, ਅਸੀਂ ਚੇਤਾਵਨੀ ਦਿੰਦੇ ਹਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿੱਖ ਸਟੂਡੈਂਟ ਫੈਡਰੇਸ਼ਨ ਇੱਥੇ ਅੱਜ ਆ ਕੇ ਇਸ ਗੱਲ ਦਾ, ਜਿਵੇਂ ਪਰਸੋਂ ਤੋਂ ਅਸੀਂ ਇਸ ਗੱਲ ਦਾ ਨਿਰਣਾ ਕਰ ਰਹੇ ਹਾਂ। ਬਹੁਤ ਸਤਿਕਾਰ ਜਿਹੜੀਆਂ ਹੈਲਥ ਵਰਕਰ ਦੀਆਂ ਜਥੇਬੰਦੀਆਂ, ਇਹ ਵਿਚਾਰੇ ਉਸ ਦਿਨ ਦੇ ਨਾਲ ਖੜੇ ਆ। ਅਸੀਂ ਇੱਥੇ ਐਲਾਨ ਕਰਦੇ ਹਾਂ ਕਿ ਇਹਨਾਂ ਦੀ ਲੜਾਈ, ਜਿਹੜਾ ਇਹਨਾਂ ਦਾ ਸੰਘਰਸ਼ ਆ, ਇਹਨਾਂ ਨੇ ਪੰਜਾਬ ਪੱਧਰ 'ਤੇ ਵਿੱਢਿਆ ਹੋਇਆ। ਅਸੀਂ ਸਿੱਖ ਸਟੂਡੈਂਟ ਫੈਡਰੇਸ਼ਨ ਵੱਲੋਂ ਡਟ ਕੇ ਇਹਨਾਂ ਦਾ ਸਮਰਥਨ ਕਰਦੇ ਹਾਂ, ਹਰ ਥਾਂ 'ਤੇ ਇਹਨਾਂ ਦੇ ਨਾਲ ਅਸੀਂ ਡਟ ਕੇ ਖੜਾਂਗੇ। ਸੋ ਇਹ ਗੱਲ ਜਿਹੜੀ ਜੋ ਵਾਪਰੀ ਆ ਇਹ ਦੇਖਣ ਯੋਗ ਅਤੇ ਬਰਦਾਸ਼ਤ ਕਰਨ ਯੋਗ ਨਹੀਂ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਪੂਰੇ ਆਪਣੇ ਇੱਥੋਂ ਹਲਕੇ ਦੇ ਮੈਂਬਰ ਸਾਹਿਬਾਨ, ਸਾਡੇ ਚਰਨਜੀਤ ਸਿੰਘ ਜੀ ਆਲਮਗੀਰ ਸਾਹਿਬ, ਸਾਡੇ ਜੱਲਾ ਸਾਹਿਬ ਹਰਪਾਲ ਸਿੰਘ ਜੀ ਜੱਲਾ ਇੱਧਰ ਆਓ ਜੀ, ਅਤੇ ਉਹ ਸਾਰੇ ਇੱਥੇ ਪਹੁੰਚੇ ਆ। ਅਤੇ ਸਾਡਾ ਜਿਹੜਾ ਇੱਥੋਂ ਦੇ ਜਿਹੜੇ ਨੌਜਵਾਨ ਜਿਹੜੇ ਇੱਥੇ ਕਿੰਨਾ ਪਹਿਰਾ ਦੇ ਰਹੇ ਆ, ਉਹਨਾਂ ਵਾਸਤੇ ਪ੍ਰਸ਼ਾਦਾ ਪਾਣੀ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਲਮਗੀਰ ਸਾਹਿਬ ਤੋਂ ਆਇਆ। ਅਸੀਂ ਡਰ ਕੇ ਇਹਨਾਂ ਦੇ ਨਾਲ ਹਰ ਲੜਾਈ ਲੜਾਂਗੇ ਅਤੇ ਅਸੀਂ ਪ੍ਰਸ਼ਾਸਨ ਨੂੰ ਇਹ ਗੱਲ ਦਾ ਚੇਤਾਵਨੀ ਦਿੰਦੇ ਹਾਂ, ਇਹਨੂੰ ਕੰਨ ਖੋਲ੍ਹ ਕੇ ਸੁਣ ਲਵੇ, ਇਹਨੂੰ ਇੱਧਰੋਂ ਪਾਈ ਇੱਧਰੋਂ ਨਾ ਕੱਢੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਗੱਲ ਦਾ ਜਿਹੜਾ ਨਤੀਜਾ ਭੁਗਤਣਾ ਪਏਗਾ। ਸਰਕਾਰ ਨੇ ਜੇ ਉਸ ਸਾਧ ਨੂੰ ਲਿਆ ਕੇ ਕਚਹਿਰੀ ਵਿੱਚ ਪੇਸ਼ ਨਾ ਕੀਤਾ ਅਤੇ ਉਹਨੂੰ ਸਜ਼ਾ ਦਿਵਾਉਣ ਦੀ ਗੱਲ ਨਾ ਕੀਤੀ, ਇਸ ਗੱਲ ਦੀ ਗੱਲ ਠੰਡੀ ਹੋਣ ਵਾਲੀ ਨਹੀਂ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੀਆਂ ਸੰਗਤਾਂ ਨੂੰ ਇਹ ਜਾਣਕਾਰੀ ਦਿੰਦੀ ਆ, ਸਾਰੇ ਮੈਂਬਰ ਸਾਹਿਬਾਨ ਦੇ ਨਾਲ ਰਲ ਕੇ, ਕਿ ਜੋ ਕੁਛ ਇੱਥੇ ਵਾਪਰਿਆ ਬਹੁਤ ਹੀ ਮੰਗ ਮੰਦ ਭਾਗਾ। ਅਸੀਂ ਹੋਰ ਜਥੇਬੰਦੀਆਂ ਨੂੰ ਵੀ ਇਹ ਗੱਲ ਕਹਾਂਗੇ, ਠੀਕ ਆ ਅਸੀਂ ਇਹ ਗੱਲ ਕਹਾਂਗੇ ਕਿ ਇੱਕ ਸ਼ਾਂਤਮਈ ਢੰਗ ਨਾਲ, ਕਿਉਂਕਿ ਜਿਸ ਤਰ੍ਹਾਂ ਦਾ ਇਹ ਮੌਸਮ ਚੱਲ ਰਿਹਾ ਇਹਦੇ ਵਿੱਚ ਅਸੀਂ ਜਿਹੜੇ ਜਿਹੜੇ ਕਾਨੂੰਨ ਦੇ ਮੁਤਾਬਕ ਅਸੀਂ ਚੱਲਣਾ ਉਸ ਦੇ ਅੰਦਰ ਰਹਿੰਦੇ ਹਾਂ। ਅਸੀਂ ਇਸ ਲੜਾਈ ਨੂੰ ਬੜੀ ਪੂਰੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੜੇਗੀ ਇਹਦੇ ਇਲਾਜ ਦੇ ਲਈ ਵੀ ਅਤੇ ਹੋਰ ਵੀ ਜਿਸ ਤਰ੍ਹਾਂ ਦੀ ਮਤ ਹੋਊਗੀ ਇਸ ਮਸਤਾਨ ਸਿੰਘ ਦੇ ਲਈ ਡਰ ਕੇ ਅਸੀਂ ਖੜਾਂਗੇ ਅਤੇ ਕਰਾਂਗੇ। ਇੱਕ ਜ਼ਿਲ੍ਹਾ ਸਾਹਿਬ ਇੱਦਾਂ ਕਿ ਇੱਕ ਸਿੱਖ ਨਾਲ ਜਿਵੇਂ ਇੱਕ ਡੇਰਾ ਇੱਕ ਉਹਦਾ ਨਾਂ ਹੈ ਪ੍ਰਭੂ ਕਾ ਡੇਰਾ, ਕਿ ਉਹਦੇ ਵਿੱਚ ਇੱਕ ਸਿੱਖ ਨਾਲ ਇੱਕ ਧੱਕੇਸ਼ਾਹੀ ਹੋ ਰਹੀ ਹੈ, ਉਸ ਬਾਰੇ ਕੀ ਹੋ? ਇਹਨਾਂ ਸਦੀਆਂ ਤੋਂ ਹੀ ਗੱਲ ਚੱਲਦੀ ਆਈ ਹੈ ਕਿ ਬਹੁਤ ਐਸੀ ਧਰਮ ਦੇ ਨਾਂ 'ਤੇ ਜਿਹੜੇ ਇੱਦਾਂ ਦੇ ਲੋਕ ਹੁੰਦੇ ਨੇ ਉਹ ਹਮੇਸ਼ਾ ਹੀ ਜਿਹੜਾ ਆਪਣਾ
कारोबार चलाते रहे ने इदा दी जी एड्डी वड्डी घिनौनी हरकत हुई है ये बहुत निंदणयोग है। ये जिहड़े मैं आम तौर पर तुसी भी फील्ड दे विच रहिंदे हो आम तौर पर एक प्रचलित गल है भी जिहड़े इदा दे डेरे हुंदे ने उह नशेड़ियां दे अड्डे हुंदे ने बहुत थावां ते इदां दीआं गल्लां मिलदीआं ने लेकिन यह तो हुण परतख नूं प्रमाण वाली नहीं गल नहीं साढ़े सामने आ गई है। एक वो गरीब सिख विचारा जिहड़ा अपनी परिवार का गुजारा कर रहा सी मेहनत मशक्कत करके नौकरी करके तो वो अपनी ड्यूटी फर्जा की पूर्ति दे लई गया सी उत्थे क्योंकि अज समय मंग करदा कि असी हर एक जिहड़ा प्राणी आ वो असी अज दा जिहड़ा करोना महामारी का समा उहदे लई अपना योगदान पाइए अपनी सुचेत रहीए चौकस रहीए सोशल डिस्टेंस दीआं गल्लां ने सरकार दा असी साथ दईए लेकिन जिहड़ी वह सुचेत करन दे लई गए इहदे नाल इदां दी जिहड़ी मंदभागी घटना वापरी है ये नाल जिथे मुलाजम दूसरे ने जोड़े उन्होंने भी इस दे एक बहुत आने वाले समय के जोखम के तो पहले ही लंघ रहे हैं तो जे इदा दटनावान वापरी गई तो लोग कि कम करे सरकार मुलाजम ने जोड़े तो उन्होंने लिए सरकार भी अपना यतन करना चाहिए भी इन्हते करड़ी नज़र रखे आने वाले जे धर्म के नाते जो धर्म की आड़ के इदा दलों बात चल दया ने उन्होंने जरूर नत्थ पानी चाहिए है तो श्रोमणी गुरद्वार प्रबंधक कमेटी जिवें गरेवाल साहब ने दसिया क्योंकि पिंड आ जिहड़ा इत्थे बहुत बारी आउण दा मौका मिलदा लेकिन ये जिहड़ा डेरा जिहड़ा इहदे लई तां जरूर सरकार नूं मेरी बेनती है तो भी जरूर इन्हां नूं बंद कर देना चाहीदा इह जे कारोबार ने जिहड़े ये साडे लई भावें सरकार देखो तुसीं इक मैं तुहानूं होर दसनी चाहुंदा भी सरकार दी इन्नी नलायकी कही जा सकती है कि एक पंजाब दा मुख्यमंत्री साहिब कमाल दशमेश पिता गुरु गोबिंद सिंह जी दे घर वाल नूं हथ करके आखे गुटका लैके भी मैं नशे का लक तोड़ देंगा तो जिहड़ी हुण 150 बंदा मर गया तो ये लक तोड़न वाली गल है तो आ जिहड़ियां गल्लां हुण हो रही ने तो अज जिहड़ी घटना वापरी है खानपुर दे विच कि लक तोड़न वाली गल है तो मैं महसूस करदा साढ़े सारे जिन्हें भी असी सत्कारयोग मैंबर साहबान गरेवाल जी बड़े साढ़े सत्कारयोग ने सचारण सिंह जी आलमगीर साहब सारे असी महसूस करदे आ तां ही इत्थे आए आ ते ये जिहड़ा भाई है मस्तान सिंह अते जथेबंदी जिहड़ी सारे उन्हां दे नाल हमेशा भाई गोबिंद सिंह लौंगोवाल साहब जी उन्हां दीआं भी हदायतां ने कि मानस की जात सब है एक है पहचान वो इस सिद्धांत नूं लैके तां चलदे आ जे किते भी कोई ऐसी घटना वापरी उहदे नाल डट के खड़ा जाऊगा तो किसी भी कोताही जी है आने वाले समय से नहीं बर्दाश्त की जाऊगी। हरेक बार एक सिख नूं ही क्यों टारगेट किया जाता है? मैं जी एक गल ये कहनी चाहना कि असल विच ये जिहड़े डेरे ये लोगों ने पिंडां दे विच बनाउण दी इजाजत दित्ती है ये जदों इत्थे आके आन आन लोग जिहड़े पता नहीं अपराधी ही होणगे पता नहीं इन्हां दा पिछोकड़ की आ पता नहीं इन्हां ने किहड़े कोई समाज विरोधी कोई इन्हां ने अपराध जां जुर्म कीते होणगे ये भी नहीं आपां नूं पता इन्हां लोकां दा कौण ने लोग तो जदों मस्तान सिंह उत्थे जांदा मस्तान सिंह तां क्योंकि बच्चा क्योंकि इहदी ड्यूटी आ सिहत विभाग दे विच ड्यूटी निभाउण वास्ते करोने दा प्रकोप आ तो उहदे करके उत्थे गया भी टैसट करवाओ इह तां ड्यूटी निभाउण वास्ते गया तो इहनूं आ वीडियो देखी आ कुटदे ने ते नाले इहनूं पुछदे ने भी तेरी आई डी की आ तो असीं मतलब सारे साडे पिंडां दे वीरां नूं बेनती करना चाहुंदे आ भी इहनां साधां दी भी कदे आई डी पुछ लिया करो तो चुप करके आउंदा आके चार क गुंडियां नूं नाल नशाइयां जिहनूं इकट्ठे करदा तो आपदा डेरा जिहा बनाउणा शुरू कर दिंदा जिन्ना चिर फैंसी हुंदी आ उन्ना चिर तां आपां उहनूं पलोसी जांदे आ तो जदों उह नसूर बन जांदा तो उदों फिर आपां नूं सारिआं नूं पता लगदा भी हुण इहने मतलब लाज रूप धारण कर लिया। सो इस करके मैं सब तों पहलां इह गल कहिणा भी इह जिहड़े लोग ने इहनां नूं आपां जे इत्थे पिंडां दे विच आ के इह अड्डे गुंडियां दे बनाउणे ना दईए तां घटनावां काहनूं वापरन तो हुण आ जिहड़ी गल होई आ इह गल मस्तान सिंह नाल नहीं हुई ये ना जिहड़ी ये बीमारी आ इहदे वायरस ने जिहड़े आपां नूं ये मारने पैणगे ये मतलब इहदा पता नहीं है कित्थे तक फैल जाए किन्ने क मस्तान सिंह वर्गे बच्चों के उत्ते गुंडे इकट्ठे होकर चंडाल चौंकड़ियां इकट्ठिया होकर देखो मैं पहला भी कहा ना तो इहनूं साध कहो साध लफ्ज ना वरतो यह जे मस्टंडियां लई साध लफ्ज तो ना उहनूं प्रभु का डेरा कहो इहनूं गुंडियां दा अड्डा कहो तो इहनां नूं बदमाश लोग कहो। सो मैं बेनती करदा कि आपां नूं डट के ये लड़ाई लड़नी चाहीदी है
लगी जे तेरे कलेजे अजे छुरी नहीं, पात्र साहब का शेयर है, लगी जे तेरे कलेजे अजे छुरी नहीं, ये ना समझ के शहर की हालत बुरी नहीं। जे अग अपने घरे नहीं लगी ऐ ना मन्यो भी, मतलब यह अग उन्होंने घरे ला के बुझूगी। सो मैं बेनती करदा समाज के बच्चों ये अपराध का नामो निशान मिटना चाहिए, जड़ा पड़ देनिया चाहिए ने। जिन्ना चर यह लुटेरे इन्हां ते सारियां धारा लग के जिहड़ियां कुटमार दियां धारा भी लगियां ने, पर मैं जिक्र किया 295 ये उत्थे लगती है जिथे किसी सिख की दस्तार, सिख के पंच ककार, सिख का सिखी सरूप उहदे उत्ते हमला किया जाए। आपां नूं सारिआं नूं नज़र आ रहा, प्रेस वाले वीरां ने भी सारा कुछ कवर कर लिया, तुसीं सारा कुछ ये रिकॉर्ड करके सारा कुछ दुनिया के सामने लिया ही चुके हो, इस करके प्रेस का तो बहुत बहुत धन्यवाद आ, स्टाफ का भी धन्यवाद आ। सो आपां इस करके आ ये बड़े ध्यान नाल ये गल वेखीए, चाहे सरकार है, चाहे प्रशासन है, चाहे पुलिस प्रशासन है, तो चाहे साड़ियाँ होर संस्थावां जां होर साडे जिन्ने वीर ने, जिहड़े वीर ये चाहते हैं कि मतलब मुड़ के कदे इहो जिहा मस्तान सिंह कोई होर शिकार ना बने इहो जिहे गुंडियां दा, उदों तक मतलब ये लड़ाई लड़नी चाहीदी है जदों तक ये आपदा असली टिकाणा जिहड़ा इन्हां दा टिकाणा घरां दे विच नहीं हुंदा, समाज च नहीं हुंदा, इन्हां दा टिकाणा जेलां च हुंदा। जदों तक ये जेलां च नहीं जांदे सारियां धारां ला के, उन्हां चिर आपां नूं ये लड़ाई लड़नी चाहीदी है। असीं नाल श्रोमणी गुरद्वारा प्रबंधक कमेटी डट के नाल, तो असी धन्नवाद भी करते हैं दोबारा फिर प्रेस का, तो स्टाफ का, तो सारे वीर का, तुम बहुत बहादुर हो, तो बहुत बहुत धन्यवाद, असं तुहाडे नाल आ। वाहिगुरू जी का खालसा, वाहिगुरू जी की फतह। ये सी देखो जी, बहुत माड़ी है घटना हुई है, क्योंकि साढ़े समुचे पंजाब दे विच ही नहीं बल्कि सारे भारत दे विच जिन्ने भी सेहत विभाग के फील्ड कर्मचारी आ, सारे नूं डोर टू डोर जिहड़ी होम विजिट आ सेहत सेवावां देण वास्ते सानूं घर घर जाना पैंदा। इस तहत मस्तान सिंह जिहड़ा ये घटना परसों वापरी आ, COVID-19 अधीन जिहड़ी मुहिम भारत सरकार की पंजाब सरकार की चल रही आ, ये उस डेरे दे विच कुछ लोग जिहड़े रह रहे सी, डेरा मुखी भी इन्हां नूं सूचना मिली सी कि वह इनफेक्टेड आ, उन्हां दा सैंपल होना जरूरी आ, उहदे वास्ते ये उन्हां नूं मोटीवेट करन वास्ते गए। जाण तों बाद इन्हां ने अपनी गल उन्हां नूं दसी, अपनी शनाख्त भी दसी। जिहड़ा ये आ रहे आ मूवी दे विच वार वार जिहड़ी उह मूवी वायरल होई आ कि अपना आई कार्ड नहीं दिखाया, इन्हां ने डेयरी नहीं उन्हां नूं दित्ती जी, वो बिल्कुल एक अफवाह बनाई जा रही है, जानबूझ के नहीं इन्हें दित्ती, नहीं कि ये कोई आई कार्ड है नहीं सी, सारा कुछ सीगा, वो सिर्फ ये मुद्दा खत्म करना चाहते सी कि जो ये प्रूफ आ उन्होंने पहले मिटा दिता जाए, मनसा माड़ी सी उन्होंने। सो सरकार तो मैं अपने तौर पर पैरामेडिकल का प्रधान होने के नाते जिला लुधियाने का सारे सेहत परिवार लुधियाने वालों ये मंग करदा कि सरकार इस केस नूं सरकारी तौर पर लड़े, जे नहीं असीं मुलाजमान वालों बिल्कुल जथेबंदी वालों ये केस आ जिहड़ा लड़ांगे, कल्ला मस्तान सिंह ये केस नहीं लड़ेगा। दूजी गल, SGPC दे मुख अहुदेदार सरदार गुरचरण सिंह गरेवाल, चरणजीत सिंह आलमगीर जिहड़े मैंबर आ श्रोमणी कमेटी दे, सरदार जिला साहब पहुँचे आ, असी सत्कार करते हैं, पर मैं इन्होंने भी बेनती करांगा कि जेडे धार्मिक तौर पर ये धार्मिक चिन्ह की बेअदबी हुई है, सिर दे केस पट्टे गए आ, दाढ़ी पट्टी गई आ, जां इत्थों तक कि सिगरट भी इन्हां दे मूँह दे विच देण दी उन्होंने कोशिश की है, कल्ले बंदे नूं बन्न के धार्मिक तौर पर यह केस आ जिहड़ा ये श्रोमणी कमेटी आप लड़ी, असी लिखती तौर पर जिथे भी ये कहेंगे असी देण नूं तैयार हाँ, असी कोशिश भी करांगे कि साढ़े सिख कौम के धार्मिक मुखी तख्त श्री अकाल तख्त साहब के मुख सेवादार उन्होंने मिल के भी असी अपने वालों लिखती तौर पर ये जिहड़ा मसला सारा दे के आवांगे। दूजी गल, सरकार तक एक पूरे जोर मैं मंग करूँगा, क्योंकि श्रोमणी कमेटी का जो लुधियाने जिले का ज मालवा खेत्र का दूजा हैडक्वाटर था वो आलमगीर मंजी साहब आ, बिल्कुल वो बूहे के मूहरे एडा बड़ा कुकर्मा जिहड़ा हो रहा डेरे के नाँ पर, प्रभु का डेरा नहीं मस्टंडियां का डेरा कहा जा सकता, नशेड़ियां का डेरा कहा जा सकता, इन
ਤੇ ਸ਼੍ਰੋਮਣੀ ਸਰਕਾਰ ਇਸ ਡੇਰੇ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਧਾਰਮਿਕ ਸੰਸਥਾ ਸਾਡੀ ਸ਼੍ਰੋਮਣੀ ਕਮੇਟੀ ਨੂੰ ਦੇਵੇ, ਇੱਥੇ ਵਧੀਆ ਸੇਵਾਵਾਂ ਲੋਕਾਂ ਨੂੰ ਦਿੱਤੀਆਂ ਜਾਣ, ਕੋਈ ਲੋਕ ਸੇਵਾ ਵਾਲੀ ਜਿਹੜੀ ਲੋਕ ਭਲਾਈ ਵਾਲੀ ਇੱਥੇ ਕਾਰਵਾਈ ਆ ਜਿਹੜੀ ਉਹ ਸ਼ੁਰੂ ਕੀਤੀ ਜਾਵੇ। ਡੇਰੇ ਨੂੰ ਬਿਲਕੁਲ ਸਰਕਾਰ ਆਪਣੇ ਤੌਰ 'ਤੇ ਬੰਦ ਕਰੇ, ਇੱਥੇ ਬਿਲਕੁਲ ਹੀ ਕੋਈ ਧਰਮ ਦਾ ਪ੍ਰਚਾਰ ਨਹੀਂ ਹੋ ਰਿਹਾ, ਕਿਸੇ ਧਾਰਮਿਕਤਾ ਦਾ ਜਾਂ ਕੋਈ ਮਨੁੱਖਤਾ ਦੀ ਭਲਾਈ ਦਾ ਕੋਈ ਕਾਰਜ ਨਹੀਂ ਹੋ ਰਿਹਾ, ਬਲਕਿ ਵਿਗਾੜਿਆ ਜਾ ਰਿਹਾ। ਅਪਰਾਧੀਆਂ ਨੂੰ ਇੱਥੇ ਪਨਾਹ ਦਿੱਤੀ ਜਾ ਰਹੀ ਹੈ, ਪਨਾਹਗਾਹ ਬਣੀ ਹੋਈ ਆ। ਵੱਡੇ ਵੱਡੇ ਅਪਰਾਧ ਕਰਕੇ ਸ਼ਾਇਦ ਮੇਰਾ ਖਿਆਲ ਇਹੋ ਜਿਹੇ ਡੇਰਿਆਂ ਦੇ ਵਿੱਚ ਆ ਕੇ ਇਹ ਲੋਕ ਆ ਜਿਹੜੇ ਲੁਕਦੇ ਆ, ਬਿਲਕੁਲ ਬੰਦ ਕਰਦੇ ਆ। ਉਹ ਜਦੋਂ ਵੀ ਕੋਈ ਬਾਹਰਲਾ ਉੱਪਰਲਾ ਬੰਦਾ ਆ ਜਾਂਦਾ, ਪਿੰਡ ਵਾਲਿਆਂ ਨੂੰ ਵੀ ਪਤਾ, ਇਲਾਕੇ ਵਾਲਿਆਂ ਨੂੰ ਵੀ ਪਤਾ, ਮਾਰ ਕੁਟਾਈ ਆਮ ਤੌਰ 'ਤੇ ਕਰਦੇ ਆ। ਫਿਰ ਦੇਖੋ ਤੁਸੀਂ, ਇਕੱਲਾ ਇਸ ਵੀਰ ਦੇ ਨਾਲ ਨਹੀਂ ਇਹ ਵਾਪਰੀ ਘਟਨਾ, ਇਹਨਾਂ ਨੂੰ ਛਡਾਉਣ ਆਏ ਜਿਹੜੇ ਸਾਡੇ ਸਾਥੀ ਮੁਲਾਜ਼ਮ ਸੀ, ਜਿਹੜੀ ਇਹਨਾਂ ਦੇ ਨਾਲ ਜਰਖੜ ਡਿਸਪੈਂਸਰੀ ਦੇ ਵਿੱਚ ਮੈਡਮ ਹਰਪ੍ਰੀਤ ਕੌਰ ਇਹਨਾਂ ਸਰਵਿਸ ਕਰ ਰਹੀ ਆ, ਉਹ ਜਦੋਂ ਮਗਰ ਆਈ ਉਹਦੀ ਵੀ ਮਾਰ ਕਟਾਈ ਇਹਨਾਂ ਨੇ ਕੀਤੀ। ਪਰ ਉਹਨਾਂ ਨੇ ਦਲੇਰੀ ਇਹ ਦਿਖਾਈ ਕਿ ਉਹ ਜਿਹੜਾ ਸਾਧ ਦਾ ਮੋਬਾਈਲ ਜਿਹਦੇ ਵਿੱਚ ਸਾਰੀ ਇਹ ਵੀਡੀਓ ਇਹਦੀ ਮਾਰ ਕਟਾਈ ਦੀ ਉਹਨਾਂ ਨੇ ਬਣਾਈ ਸੀ, ਉਹ ਮੋਬਾਈਲ ਉਹਨਾਂ ਨੇ ਖੋਹ ਲਿਆ ਸੀ। ਸਿਹਤ ਮੰਤਰੀ ਦੇ ਨਾਲ ਸਾਡੇ ਸਿਹਤ ਮੰਤਰੀ ਦੇ ਨਾਲ ਸੂਬਾ ਪ੍ਰਧਾਨ ਦੀ ਫੋਨ ਦੇ ਉੱਤੇ ਗੱਲ ਹੋਈ ਸੀ, ਅਫਸੋਸ ਜ਼ਾਹਰ ਕੀਤਾ। ਸਿਵਲ ਸਰਜਨ ਸਾਹਿਬ ਨੇ DC ਸਾਹਿਬ ਨੂੰ ਜਿਹੜਾ ਲਿਖਤੀ ਤੌਰ 'ਤੇ ਆਪਣੇ ਵੱਲੋਂ ਇਹ ਘਟਨਾ ਦਾ ਵੇਰਵਾ ਦਿੱਤਾ ਸੀ, ਅਤੇ ਉਹਦੇ ਤਹਿਤ ਹੀ ਇਹ ਜਿਹੜੀ ਕਾਰਵਾਈ ਆ ਥੋੜ੍ਹੀ ਜਿਹੀ ਹੋਈ ਆ। ਪਰ ਅਸੀਂ ਇੰਨੇ ਦੇ ਨਾਲ ਸੰਤੁਸ਼ਟ ਨਹੀਂ, ਸਰਕਾਰ ਤੋਂ ਮੰਗ ਕਰਦੇ ਹਾਂ, ਕਿਉਂਕਿ ਅੱਜ ਜੇ ਸਰਕਾਰ ਬਿਲਕੁਲ ਹੀ ਸੀਰੀਅਸ ਹੁੰਦੀ, ਸਾਡੇ ਸਤਿਕਾਰ ਜੋ ਕੈਬਨਿਟ ਮੰਤਰੀ ਪੰਜਾਬ ਭਾਰਤ ਭੂਸ਼ਣ ਆਸੂ ਜਿਹੜੇ ਲੁਧਿਆਣੇ ਦੇ ਵਿੱਚ ਰਹਿੰਦੇ ਆ, ਅੱਜ ਇੱਥੋਂ ਡੇਲੋਂ ਤੋਂ ਮੇਰੇ ਆਉਣ ਤੋਂ ਪਹਿਲਾਂ 10 ਮਿੰਟ ਇੱਥੋਂ ਹੋ ਕੇ ਗਏ ਆ, ਗੱਡੀਆਂ ਭਜਾ ਕੇ ਹਸਪਤਾਲ ਦੇ ਮੂਹਰ ਦੀ ਲੰਘ ਕੇ ਗਏ ਆ। ਉਹਨਾਂ ਦਾ ਫਰਜ਼ ਬਣਦਾ ਸੀ ਕਿ ਇਸ ਵੀਰ ਨੂੰ ਹੌਸਲਾ ਦਿੰਦੇ ਕਿ ਸਰਕਾਰ ਤੇਰਾ ਕੇਸ ਆਪਣੇ ਤੌਰ 'ਤੇ ਲੜੇ। ਅਸੀਂ ਸਰਕਾਰੀ ਡਿਊਟੀ ਕਰਦੇ ਹਾਂ, ਕੋਈ ਅਸੀਂ ਆਪਣੇ ਤੌਰ 'ਤੇ ਨਹੀਂ, ਇੱਕ ਸਰਕਾਰੀ ਡਿਊਟੀ ਦੇ ਨਾਲ ਨਾਲ ਬਿਲਕੁਲ ਲੋਕ ਸੇਵਾ। ਇਹ ਕੋਈ ਵੰਡ ਸੀ ਨਹੀਂ ਸੀ ਇਹਨੂੰ, ਇਹ ਨਾ ਵੀ ਜਾਂਦਾ ਉੱਥੇ, ਕੋਈ ਇਹਨੂੰ ਫਾਂਸੀ ਨਹੀਂ ਸੀ ਦੇਣ ਲੱਗਾ, ਡੇਰੇ ਨਹੀਂ ਵੀ ਜਾ ਸਕਦਾ ਸੀ। ਇੱਕ ਲੋਕ ਭਲਾਈ ਦੇ ਵਾਸਤੇ ਗਿਆ ਕਿ ਹੋ ਸਕਦਾ ਉੱਥੇ, ਕਿਉਂਕਿ ਡੇਰੇ ਦੇ ਵਿੱਚ ਆਵਾਜਾਈ ਸੀ ਲੋਕਾਂ ਦੀ। ਜੇ ਡੇਰਾ ਮੁਖੀ ਨੂੰ ਕੋਈ ਇੱਦਾਂ ਦੀ ਇਨਫੈਕਸ਼ਨ ਆ, ਤਾਂ ਕਿੰਨਿਆਂ ਹੋਰ ਲੋਕਾਂ ਤੱਕ ਉਹ ਇਨਫੈਕਸ਼ਨ ਆ ਜਿਹੜੀ ਵੰਡ ਸਕਦਾ ਸੀਗਾ। ਇਸ ਕਰਕੇ ਇਸ ਵੀਰ ਨੇ ਇਹ ਲੋਕ ਭਲਾਈ ਦਾ ਕਾਰਜ ਸਮਝ ਕੇ ਉਸ ਡੇਰੇ ਦੇ ਵਿੱਚ ਇਕੱਲਿਆਂ ਜਾਣ ਦਾ ਹੌਸਲਾ ਕੀਤਾ। ਜਾਣਾ ਨਹੀਂ ਸੀ ਚਾਹੀਦਾ, ਮੈਂ ਤਾਂ ਹੁਣ ਵੀ ਕਹੂੰਗਾ ਕਿ ਬਿਲਕੁਲ ਟੀਮ ਵਰਕ ਅਸੀਂ ਕਰਾਂਗੇ। ਅੱਜ ਤੋਂ ਬਾਅਦ ਅਸੀਂ ਜਥੇਬੰਦਕ ਤੌਰ 'ਤੇ ਫੈਸਲਾ ਲੈਣ ਜਾ ਰਹੇ ਹਾਂ, ਅਸੀਂ ਇਕੱਲੇ ਇਕੱਲੇ ਘਰਾਂ ਦੇ ਵਿੱਚ ਨਹੀਂ ਜਾਵਾਂਗੇ। ਸਰਕਾਰ ਜੇ ਹੋਰ ਸੁਰੱਖਿਆ ਨਹੀਂ ਮੁਹੱਈਆ ਕਰ ਸਕਦੀ, ਤਾਂ ਮੁਲਾਜ਼ਮਾਂ ਜਿਹੜੇ ਉਹ ਵੱਧ ਭਰਤੀ ਕੀਤੇ ਜਾਣ। ਅਸੀਂ ਬਿਲਕੁਲ ਟੀਮ ਵਰਕ ਕਰਨ ਨੂੰ ਤਿਆਰ ਹਾਂ, ਇਕੱਲੇ ਇਕੱਲੇ ਨਹੀਂ ਜਾਵਾਂਗੇ। ਲੋਕ ਬਹੁਤ ਜ਼ਿਆਦਾ ਵਿਰੋਧ ਕਰ ਰਹੇ ਆ, ਜਦੋਂ ਵੀ ਸੈਂਪਲਿੰਗ ਵਾਸਤੇ ਜਾਂਦੇ ਹਾਂ, ਇਕੱਲੇ ਇਹਦੇ ਨਾਲ ਨਹੀਂ ਘਟਨਾ ਵਾਪਰੀ, ਕੱਲ ਫਿਰੋਜ਼ਪੁਰ ਦੇ ਵਿੱਚ ਵੀ ਇੱਕ ਇਵੇਂ ਦੀ ਘਟਨਾ ਵਾਪਰੀ ਹੈ ਜਿਹਦੇ ਵਿੱਚ ਸਾਡੇ ਇਸ ਐਸੋਸੀਏਸ਼ਨ ਇੱਕ ਇਹ ਚੀਜ਼ ਹੈਗੀ। ਇੱਕ ਤੁਹਾਡੇ ਹੈਲਥ ਵਰਕਰ ਨਾਲ ਇੱਕ ਕੁੱਟਮਾਰ ਹੋਈ ਆ, ਉਹਦੇ ਕੇਸ ਸਿੱਖੀ ਹਨ, ਕੇਸਾਂ ਦੇ ਨਾਲ ਉਹਦੇ ਰਿਜ਼ਰਵ ਕੀਤੀ ਜਾਂਦੀ ਹੈ, ਅਤੇ ਕੀ ਆਉਣ ਵਾਲੇ ਦੇ ਵਿੱਚ ਤੁਹਾਡੇ ਮੈਂ ਦੇਖਿਆ ਕਿ ਤੁਸੀਂ ਕਾਲਾ ਪੈਸਾ ਬੈਚ ਲਾਈ ਫਿਰਦੇ ਹੋ, ਇਸਦਾ ਕੀ ਕਾਰਨ ਹੈ? ਅਸੀਂ ਇਸ ਚੀਜ਼ ਦਾ ਜਿਹੜੇ ਗੁੰਡਾਗਰਦੀ ਆ, ਉਹਨਾਂ ਦਾ ਗੁੰਡਾ ਅਨਸਰਾਂ ਦਾ ਵਿਰੋਧ ਕਰਦੇ ਹਾਂ, ਅਤੇ ਸਰਕਾਰ ਤੋਂ ਉਮੀਦ ਇਹ ਕਰਦੇ ਹਾਂ ਅਤੇ ਸਰਕਾਰ ਨੂੰ ਬੇਨਤੀ ਵੀ ਕਰਦੇ ਹਾਂ, ਜਿਸ ਤਰ੍ਹਾਂ ਕੋਈ ਡਿਊਟੀ ਦੌਰਾਨ ਪੁਲਿਸ ਮੁਲਾਜ਼ਮ ਨਾਲ ਕੋਈ ਵੀ ਘਟਨਾ ਵਾਪਰਦੀ ਆ, ਜਦੋਂ ਪੁਲਿਸ ਮੁਲਾਜ਼ਮ ਨਾਲ ਘਟਨਾ ਵਾਪਰਨ ਦੌਰਾਨ ਜਿਹੜਾ ਸਰਕਾਰ ਮੰਤਰੀ ਤੋਂ ਲੈ ਕੇ ਮੁੱਖ ਮੰਤਰੀ ਤੱਕ ਰਿਐਕਟ ਕਰਦੀ ਆ, ਵੀ ਇੱਕ ਜਿਹੜਾ ਹੈਲਥ ਮੁਲਾਜ਼ਮ ਆ, ਜਿਹੜਾ ਸਿਹਤ ਆ ਉਹ ਸਾਰੀ ਮੁੱਖ ਹੁੰਦੀ ਆ, ਜਿਹੜਾ ਹੈਲਥ ਮੁਲਾਜ਼ਮ ਆ ਉਹ ਆਪਣੇ ਸਰਕਾਰ ਦੀ ਰੀੜ੍ਹ ਦੀ ਹੱਡੀ ਹੁੰਦੀ ਆ, ਜਦੋਂ ਉਸ ਮੁਲਾਜ਼ਮ ਨਾਲ ਇੱਕ ਦੁਰਘਟਨਾ ਵਾਪਰਦੀ ਆ, ਤਾਂ ਮੁੱਖ ਮੰਤਰੀ ਤੋਂ ਲੈ ਕੇ ਮੰਤਰੀ ਤੱਕ ਕਿਸੇ ਦਾ ਵੀ ਬਿਆਨ ਕਿਉਂ ਨਹੀਂ ਆਉਂਦਾ ਹੈਗਾ? ਇੱਕ ਇਹ ਚੀਜ਼ ਹੈ ਕਿ ਜੇ ਬਾਈ ਚਾਂਸ ਤੇ ਕੋਈ ਵੀ ਆ, ਕੋਈ ਸਰਕਾਰ ਵੱਲੋਂ ਕੋਈ ਤੁਹਾਡੀ ਸੇਫਟੀ ਲਈ ਜਾਂ ਕੋਈ ਉਹਦੇ ਲਈ ਕੋਈ ਇਦਾਂ ਦਾ ਤੁਸੀਂ ਕੀ ਮੰਗ ਕਰਦੇ ਹੋ? ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਿਸ ਤਰ੍ਹਾਂ ਸਾਨੂੰ ਸਰਕਾਰ ਪ੍ਰੈਸ਼ਰ ਪਾਉਂਦੀ ਆ ਵੀ ਤੁਸੀਂ ਆ ਕੋਵਿਡ ਪੇਸ਼ੈਂਟ ਆਇਆ ਅਤੇ ਕਰੋਨਾ ਪੋਜ਼ਿਟਿਵ ਆਇਆ ਜਾਂ ਹੋਰ ਆ, ਵੀ ਉੱਥੇ ਜਾ ਕੇ ਤੁਸੀਂ ਉਹਨੂੰ ਮੂਵ ਕਰੋ, ਉਹ ਸਾਡੇ ਇਕੱਲੇ ਮੁਲਾਜ਼ਮ ਨੂੰ ਜਾਣਾ ਪੈਂਦਾ ਇੱਥੇ, ਉਹ ਬਹੁਤ ਔਖਾ ਜਦੋਂ ਕਿਸੇ ਪਰਿਵਾਰ 'ਚੋਂ ਜਾਂ ਕਿਸੇ ਪਿੰਡ 'ਚੋਂ ਆਪਾਂ ਮਰੀਜ਼ ਲੈ ਕੇ ਜਾਂਦੇ ਹਾਂ। ਸਰਕਾਰ ਨੂੰ ਮੰਗ ਕਰਦੇ ਹਾਂ ਵੀ ਇਹ ਜਿਹੜੀ ਅਥਾਰਟੀ ਆ, ਇਹ ਪੁਲਿਸ ਮੁਲਾਜ਼ਮ ਕੋਲ ਹੁੰਦੀ ਆ, ਸਾਡੇ ਕੋਲ ਕੋਈ ਇਹੋ ਜਿਹੀ ਕਾਰਵਾਈ ਕਰਨ ਦੀ ਅਥਾਰਟੀ ਨਹੀਂ ਹੁੰਦੀ, ਵੀ ਜਿਹੜੇ ਇਹ ਕੰਮ ਆ ਉਹ ਪੁਲਿਸ ਮੁਲਾਜ਼ਮ ਨੂੰ ਦਿੱਤਾ ਜਾਵੇ। ਇੱਕ ਇਹ ਚੀਜ਼ ਹੈ ਕਿ ਤੁਹਾਡਾ ਜੋ ਕਿ ਆ ਹੈਲਥ ਮੈਂਬਰ ਹੈ, ਇੱਕ ਘਰ ਤੋਂ ਵੀ ਬਹੁਤ ਗਰੀਬ ਹੈ, ਕਿ ਉਸ ਤੋਂ ਬਾਅਦ ਇੱਕ ਕਰਕੇ ਖਾਣ ਵਾਲਾ, ਇੱਕ ਹੁਣ ਇਸਦੇ ਸੱਟਾਂ ਵੱਜੀਆਂ ਨੇ, ਉਸ ਕਰਕੇ ਕੋਈ ਕੰਮ ਨਹੀਂ ਹੋ ਰਿਹਾ, ਤਾਂ ਉਸ ਬਾਰੇ ਕੀ ਕਿਵੇਂ ਤੁਹਾਡੀ ਸੰਸਥਾ ਵੱਲੋਂ ਕੀ ਜੋੜੇ, ਤੁਹਾਡੀ ਯੂਨੀਅਨ ਵੱਲੋਂ ਕੀ ਅੱਗੇ ਇਹਦੇ ਸਪੋਰਟ ਕੀਤੀ ਜਾਊਗੀ?
ਅਸੀਂ ਜਿੰਨੀ ਵੀਰ ਦੀ ਹੋਊਗੀ ਵੱਧ ਤੋਂ ਵੱਧ ਅਸੀਂ ਸਪੋਰਟ ਕਰਾਂਗੇ ਅਤੇ ਸਰਕਾਰ ਤੋਂ ਵੀ ਮੰਗ ਕਰਦੇ ਹਾਂ ਵੀ ਮੈਂ ਉਹੀ ਪਹਿਲਾਂ ਵਾਲੀ ਗੱਲ ਦੁਬਾਰੇ ਫਿਰ ਦੁਹਰਾਉਣਾ ਚਾਹੁੰਦਾ ਵੀ ਜਿਸ ਤਰ੍ਹਾਂ ਪੁਲਿਸ ਮੁਲਾਜ਼ਮ ਨਾਲ ਦੁਰਘਟਨਾ ਵਾਪਰਦੇ ਸਰਕਾਰ ਐਕਟ ਕਰਦੀ ਆ ਉਸ ਤਰ੍ਹਾਂ ਹੈਲਥ ਮੁਲਾਜ਼ਮ ਦੇ ਪ੍ਰਤੀ ਵੀ ਸਰਕਾਰ ਆਪਦਾ ਨਰਮੀ ਦਾ ਰਵੱਈਆ ਅਪਣਾਵੇ ਅਤੇ ਉਹਦੀ ਮਦਦ ਕਰੇ। ਅੱਜ ਸ਼੍ਰੋਮਣੀ ਕਮੇਟੀ ਵੱਲੋਂ ਵਿਸ਼ੇਸ਼ ਤੌਰ 'ਤੇ ਅੱਜ ਮਸਤਾਨ ਸਿੰਘ ਨਾਲ ਇੱਥੇ ਹੈਲਥ ਵਰਕਰ ਨਾਲ ਜੋ ਕੁੱਟਮਾਰ ਹੋਈ ਸੀ ਅੱਜ ਡੇਲੋਂ ਦੇ ਹੋਸਪਿਟਲ ਪਹੁੰਚਿਆ ਆਓ ਤੁਹਾਨੂੰ ਮਿਲਾਉਂਦੇ ਆ ਮਸਤਾਨ ਸਿੰਘ ਉਹਨਾਂ ਨਾਲ। ਹਾਂਜੀ ਅੱਜ ਫਿਰ ਸ਼੍ਰੋਮਣੀ ਕਮੇਟੀ ਵੱਲੋਂ ਅੱਜ ਵਿਸ਼ੇਸ਼ ਤੌਰ 'ਤੇ ਤੁਹਾਡੇ ਕੋਲ ਆ ਕੇ ਤੁਹਾਨੂੰ ਮੁਲਾਕਾਤ ਕੀਤੀ ਉਸ ਬਾਰੇ ਕੀ ਕਹਿਣਾ ਚਾਹੁੰਦੇ? ਮੈਂ ਸ਼੍ਰੋਮਣੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆ ਕੇ ਮੇਰੀ ਖਬਰ ਸਾਰ ਲਈ। ਹਾਂਜੀ ਪ੍ਰਸ਼ਾਸਨ ਆਪਦਾ ਕਾਰਵਾਈ ਕਰ ਰਹੀ ਆ ਉਹ ਤੋਂ ਮੈਨੂੰ ਹੌਸਲਾ ਮਿਲ ਰਿਹਾ। ਤੁਸੀਂ ਕੀ ਮੰਗ ਕਰਦੇ ਹੋ? ਮੈਂ ਜਿਨ੍ਹਾਂ ਨੇ ਮੇਰੇ ਸਿੱਖੀ ਸਰੂਪ ਦੀ ਬੇਅਦਬੀ ਕੀਤੀ ਆ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਮਿਲੀਆਂ ਮਿਲਣ। ਇਹ ਸੀ ਹੈਲਥ ਵਰਕਰ ਮਸਤਾਨ ਸਿੰਘ ਜੋ ਕਿ ਇੱਕ ਪ੍ਰਸ਼ਾਸਨ ਤੋਂ ਮੰਗ ਕਰ ਰਿਹਾ ਕਿ ਇਹਨਾਂ ਦੋਸ਼ੀਆਂ ਦੇ ਖਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਮੇਰੇ ਨਾਲ ਇਹ ਬਦਸਲੂਕੀ ਕੀਤੀ ਆ। ਕੈਮਰਾਮੈਨ ਸਨੀ ਮੋਹੀ ਦੇ ਨਾਲ ਅਮਰਜੀਤ ਸੰਧੂ ਦੀ ਰਿਪੋਰਟ।